ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੰਘ, ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਟ੍ਰੀ ਇੰਸਟੀਟਿਊਟ ਆਫ ਆਈਲਟਸ ਐਂਡ ਇਮੀਗ੍ਰੇਸ਼ਨ ਸਰਵਿਸਿਸ। ਦੋਸਤੋ, ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਹਾਂ ਜਿੰਨੀਆਂ ਵੀ ਵੀਜ਼ਾਸ ਜਿਹੜੇ ਹੈਗੇ ਆ ਬੱਚਿਆਂ ਦੇ ਲਾ ਕੇ ਸਾਡੇ ਕੋਲ ਆ ਰਹੇ ਹੈਗੇ ਆ, ਜਿੰਨੇ ਵੀ ਬੱਚਿਆਂ ਨੇ ਲਾਈਕ ਜਿਹਨਾਂ ਦੇ ਕੈਨੇਡਾ ਜਾਣ ਦੇ ਸੁਪਨੇ ਜਿਹੜੇ ਹੈਗੇ ਆ ਸਾਕਾਰ ਹੋ ਚੁੱਕੇ ਹੈਗੇ ਆ, ਫਲਾਈਟਸ ਜਿਨ੍ਹਾਂ ਦੀ ਹੈਗੀਆਂ ਬਿਲਕੁਲ ਨੇੜੇ ਹੈਗੇ ਆ ਅਤੇ ਸਪਟੰਬਰ ਇਨਟੇਕ ਲਈ ਜਾ ਰਹੇ ਹੈਗੇ ਆ, ਉਹਨਾਂ ਸਭ ਬੱਚਿਆਂ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਅਸੀਂ ਕੰਟੀਨਿਊਸਲੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਸੋ ਅੱਜ ਜੋ ਕੈਂਡੀਡੇਟ ਮੇਰੇ ਨਾਲ ਬੈਠੇ ਹੋਏ ਹੈਗੇ ਆ, ਇਹ ਕਾਫੀ ਦੂਰੋਂ ਸਾਡੇ ਕੋਲ ਚੱਲ ਕੇ ਆਏ ਸੀਗੇ ਤਲਵੰਡੀ ਸਾਬੋ ਤੋਂ। ਦੈਨ ਬੱਚੇ ਦੀ ਮੈਰਿਜ ਹੋਈ ਹੈਗੀ ਆ, ਇਹ ਸਿਰਸਾ ਦੇ ਵਿੱਚ ਇਹਨਾਂ ਦੀ ਮੈਰਿਜ ਹੋਈ ਹੈਗੀ ਆ। ਹੁਣ ਮੇਰੇ ਕੋਲ ਯਾਨੀ ਕਿ ਲਾਈਕ ਜਦੋਂ ਮੇਰੇ ਕੋਲ ਆਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਬਹੁਤ ਸਾਰੇ ਕੰਸਲਟੈਂਟਸ ਦੇ ਕੋਲੋਂ ਵਿਜ਼ਿਟ ਕੀਤਾ ਸੀਗਾ। ਵਿਜ਼ਿਟ ਕਰਨ ਤੋਂ ਬਾਅਦ ਵਿੱਚ ਇਹਨਾਂ ਨੂੰ ਇੱਕ ਨਿਰਾਸ਼ਾ ਹੀ ਹੱਥ ਲੱਗ ਰਹੀ ਸੀਗੀ, ਕਿਉਂਕਿ 6 ਮੰਥ ਤੋਂ ਕੋਈ ਵੀ ਫਾਈਲ ਨਹੀਂ ਪੜ ਰਿਹਾ ਸੀਗਾ। ਦੈਨ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ ਕਿ ਵੀਜ਼ਾ ਜਿਹੜਾ ਹੈਗਾ ਵਾ ਡੈਫੀਨੇਟਲੀ ਤੁਹਾਨੂੰ ਆਏਗਾ ਹੀ ਆਏਗਾ, ਵੀਜ਼ਾ ਦੀ ਅਸੀਂ ਵੀ ਗਰੰਟੀ ਉਦੋਂ ਚੱਕ ਰਹੇ ਸੀ ਉਹਦੇ ਵਿੱਚੋਂ ਕਿ ਤੁਹਾਨੂੰ ਡੈਫੀਨੇਟਲੀ ਵੀਜ਼ਾ ਮਿਲੇਗਾ, ਕਿਉਂਕਿ ਸਾਡੇ ਵੀਜ਼ਾਸ ਲਗਾਤਾਰ ਕੰਟੀਨਿਊਸਲੀ ਆ ਰਹੇ ਸੀਗੇ। ਸੋ ਆਫਟਰ ਦੈਟ ਇਹਨਾਂ ਨੇ ਆਪਦਾ ਕੇਸ ਸਾਡੇ ਕੋਲ ਅਪਲਾਈ ਕੀਤਾ, ਅਪਲਾਈ ਕਰਨ ਤੋਂ ਬਾਅਦ ਵਿੱਚ ਇਹਨਾਂ ਨੂੰ ਇਹਨਾਂ ਦਾ ਵੀਜ਼ਾ ਜਿਹੜਾ ਹੈਗਾ ਵਾ ਉਹ ਰਿਸੀਵ ਹੋ ਚੁੱਕਾ ਹੈਗਾ ਵਾ। ਅੱਜ ਮੇਰੇ ਕੋਲ ਮੇਰਾ ਬੱਚਾ ਬੈਠਾ ਹੋਇਆ ਵਾ ਅਤੇ ਤੁਸੀਂ ਉਹਨਾਂ ਦੇ ਜ਼ੁਬਾਨੀ ਹੀ ਸੁਣ ਸਕਦੇ ਹੈਗੇ ਆ ਕਿ ਇਹਨਾਂ ਦਾ ਐਕਸਪੀਰੀਅੰਸ ਜਿਹੜੀ ਸਾਡੀ ਕੰਪਨੀ ਦੇ ਨਾਲ ਕਿਵੇਂ ਦਾ ਰਿਹਾ ਵਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਦੀਪ ਕੌਰ ਹੈ ਅਤੇ ਮੈਂ ਤਲਵੰਡੀ ਸਾਬੋ ਤੋਂ ਬਿਲੋਂਗ ਕਰਦੀ ਹਾਂ। ਮੈਂ ਇੰਗਲਿਸ਼ ਟ੍ਰੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਕੰਸਲਟੈਂਟਸ ਨੂੰ ਕਾਲ ਕੀਤੀ ਅਤੇ ਜਦ ਮੈਂ ਉਹਨਾਂ ਨੂੰ ਆਪਣਾ ਬੈਂਡ ਸਕੋਰ ਅਤੇ ਆਪਣੀ ਸਟੱਡੀ ਬਾਰੇ ਦੱਸਦੀ ਸੀ ਤਾਂ ਸਾਰੇ ਮੈਨੂੰ ਕਹਿੰਦੇ ਸੀ ਤੁਸੀਂ ਆਲਸ ਰਿਪੀਟ ਕਰ ਲਓ, ਕਿਉਂਕਿ ਮੇਰੇ 6.5 ਬੈਂਡ ਸਕੋਰ ਸੀ ਅਤੇ ਮੈਂ ਗ੍ਰੈਜੂਏਟ ਸੀ। ਸੋ ਜਦ ਮੈਂ ਇੰਗਲਿਸ਼ ਟ੍ਰੀ ਬਾਰੇ ਮੈਂ ਸੁਣਿਆ ਤਾਂ ਮੈਂ ਇਹਨਾਂ ਕੋਲ ਵਿਜ਼ਿਟ ਕੀਤਾ ਅਤੇ ਇਹਨਾਂ ਨੇ ਮੈਨੂੰ ਸ਼ਿਓਰਿਟੀ ਦਵਾਈ ਕਿ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਅਤੇ ਹੁਣ ਮੇਰਾ ਵੀਜ਼ਾ ਮੇਰੇ ਕੋਲ ਹੈ ਅਤੇ ਮੈਂ 29th August ਨੂੰ ਆਪਣੀ ਕੈਨੇਡਾ ਦੀ ਫਲਾਈਟ ਲੈ ਕੇ ਕੈਨੇਡਾ ਵਿਜ਼ਿਟ ਕਰ ਰਹੀ ਹਾਂ। ਸੋ ਦੋਸਤੋ, ਬਹੁਤ ਸਾਰੇ ਬੱਚੇ ਹੈਗੇ ਆ ਯਾਨੀ ਕਿ ਜਿਨ੍ਹਾਂ ਦੇ ਵੀਜ਼ਾਸ ਜਿਹੜੇ ਹੈਗੇ ਰਿਸੀਵ ਹੋ ਚੁੱਕੇ ਹੈਗੇ ਆ ਅਤੇ ਹੁਣ ਉਹ ਕੈਨੇਡਾ ਦੀ ਧਰਤੀ 'ਤੇ ਜਾ ਰਹੇ ਹੈਗੇ ਆ। ਅਸੀਂ ਉਹਨਾਂ ਸਾਰੇ ਪਰਿਵਾਰਾਂ ਨੂੰ, ਉਹਨਾਂ ਸਾਰੇ ਮਾਪਿਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹੈਗੇ ਹਾਂ। ਸ਼ੁਕਰਗੁਜ਼ਾਰ ਹੈਗੇ ਉਸ ਪਰਮਾਤਮਾ ਦੇ ਜਿਹਨਾਂ ਬੱਚਿਆਂ ਦੇ ਵੀਜ਼ਾਸ ਲੱਗ ਰਹੇ ਹੈਗੇ ਆ ਅਤੇ ਉਹ ਇਸ ਵਕਤ ਉਹਨਾਂ ਦੇ ਬੱਚਿਆਂ ਦੇ ਸੁਪਨੇ ਜਿਹੜੇ ਹੈਗੇ ਆ ਖਾਸ ਤੌਰ 'ਤੇ ਉਹਨਾਂ ਦੇ ਵੀ ਸੁਪਨੇ ਹੈਗੇ ਆ ਸਾਕਾਰ ਹੋ ਰਹੇ ਆ। ਇਸ ਖੁਸ਼ੀ ਦੇ ਲਈ ਅਸੀਂ ਮਾਪਿਆਂ ਨੂੰ ਵਧਾਈ ਦਿੰਦੇ ਹੈਗੇ ਹਾਂ ਜਿਨ੍ਹਾਂ ਦੇ ਬੱਚਿਆਂ ਦੇ ਸੁਪਨੇ ਜਿਹੜੇ ਹੈਗੇ ਆ, ਕਿਉਂਕਿ ਬੱਚੇ ਜਦੋਂ ਕੈਨੇਡਾ ਦੀ ਧਰਤੀ 'ਤੇ ਜਾਂਦੇ ਹੈਗੇ ਆ ਤਾਂ ਉਹਨਾਂ ਦਾ ਯਾਨੀ ਕਿ ਇੱਕ ਸੁਪਨਾ ਹੁੰਦਾ ਵਾ, ਕਿਉਂਕਿ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈਗੀ ਆ। ਬੱਚੇ ਜਾ ਰਹੇ ਹੈਗੇ ਆ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਆ, ਸਭ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹੈਗੇ ਹਾਂ ਕਿ ਉੱਥੇ ਜਾ ਕੇ ਆਪਦੀ ਜ਼ਿੰਦਗੀ ਨੂੰ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨਗੇ ਅਤੇ ਆਪਦੀਆਂ ਮਿਹਨਤਾਂ ਦੇ ਨਾਲ ਆਪਦੇ ਪੈਰਾਂ 'ਤੇ ਖੜੇ ਹੋਣਗੇ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਦੇ ਬਟਨ ਨੂੰ ਦਬਾਉਣਾ ਨਾ ਭੁੱਲਿਓ, ਕਿਉਂਕਿ ਜਿੰਨੀਆਂ ਵੀ ਅਪਡੇਟਸ ਸਾਡੀਆਂ ਹੋਣਗੀਆਂ ਤੁਹਾਨੂੰ ਸ਼ੇਅਰ ਹੁੰਦੀਆਂ ਜਾਣਗੀਆਂ। ਧੰਨਵਾਦ।